ਦੀਆਂ ਦਿੰਦੀਆਂ ਸਕੂਨ ਸ਼ਾਨੀ ਮੋਟਰ ਤੇ ਬੋਰਡ ਦੀਆਂ ਯਾਰੀ ਨਾ ਦੀ ਸ਼ੈ ਬੰਦੇ ਖਰੇ ਨਾਲ ਜੋੜ ਗਿਆ ਬਾਪੂ ਦੀ ਵੀ ਅੱਖ ਦੂਰੋਂ ਦੂਰੋਂ ਮਿੰਨਾ ਵੇਖਦੀ ਮਾਂ ਦੇ ਪੈਰੀ ਹੱਥ ਲਾ ਕੇ ਹੱਥ ਟੱਪਾ ਗੇਟ ਦੀ ਵੇਖਦੇ ਆ ਲੋਕੀ ਜਦੋਂ ਪੈਰ ਹੁੰਦੇ ਬੱਟਨੇ ਨਹੀਂ ਤੋਂ ਵੱਧ ਐਸ਼ ਦੱਸ ਕਰਨੀ ਕੀ ਕਦੀ ਬੰਦੇ ਦੀ ਤਮਾ ਨਹੀਂ ਮੁੱਕਦੀ ਹੁੰਦੀ ਜੋੜਨ ਭਾਈ ਇਹ ਗੱਲ ਕਹਿਣਾ ਚਾਹੁੰਦੇ ਨੇ ਇਸ ਗਾਣੇ ਨੂੰ ਬਣਾਉਣ ਦਾ ਸਿਰਫ ਇੱਕੋ ਮਤਲਬ ਆ ਕਿ ਜਿੰਨਾ ਚਿੱਤਾ ਰੱਬ ਨੇ ਸੈਟਿਸਫਾਈਜ਼ ਆ ਬਹੁਤ ਖੁਸ਼ ਹਾਂ ਗੱਡੀ ਫੋਰਚੂਨਰ ਹੈਗੀ ਆ ਆਪਣੇ ਕੋਲ ਹਰੇਕ ਤਰ੍ਹਾਂ ਦੇ ਯਾਰ ਦੋਸਤ ਆ ਹਰੇਕ ਤਰ੍ਹਾਂ ਦਾ ਬਾਪੂ ਨਾਲ ਮੰਮੀ ਨਾਲ ਪਿਆਰ ਆਪਣਾ ਆਪਣੀ ਫੈਮਿਲੀ ਵਧੀਆ ਚੱਲੀ ਜਾਂਦੀ ਹੈ ਇੱਕੋ ਕੁੜੀ ਦਾ ਨੰਬਰ ਫੋਨ 'ਤੇ ਸੇਵ ਰੱਖਿਆ ਅਤੇ ਉਹਨਾਂ ਹੀ ਗੱਲ ਕਰੀ ਦੀ ਆ ਵੀ ਨਾਲ ਹੀ ਵਿਆਹ ਕਰਾਉਣਾ ਆ ਸੁਣੋ ਹਾਂਜੀ ਦੋਸਤੋ ਤੁਹਾਨੂੰ ਇੱਕ ਗੱਲ ਪਿਆਰ ਨਾਲ ਸਮਝਾ ਦਈਏ ਕਿ ਇਹ ਗਾਣੇ ਨੂੰ ਤਾਂ ਹੀ ਬਣਾਇਆ ਗਿਆ ਆ ਕਿ ਉਹ ਬੰਦੇ ਨੇ ਕਿਹਾ ਕਿ ਮੈਂ ਜ਼ਿੰਦਗੀ ਰੱਬ ਨਾਲ ਸਿੱਧਾ ਰਿਹਾ ਹਾਂ ਇੱਕ ਕੁੜੀ ਨਾਲ ਪਿਆਰ ਕਦੀ ਕਿਹੜਾ ਧੋਖਾ ਧੜਾ ਨਹੀਂ ਕੀਤੀ ਜੇ ਜੋੜਨ ਸੰਧੂ ਭਾਅ ਜੀ ਥੈਂਕ ਯੂ ਗੋਡ ਨੂੰ ਕਹਿ ਰਹੇ ਨੇ ਜੇ ਤੁਸੀਂ ਵੀ ਉਹਨਾਂ ਵਰਗੇ ਬਣਨਾ ਚਾਹੁੰਦੇ ਹੋ ਅਤੇ ਉਹਨਾਂ ਦੀ ਤਰ੍ਹਾਂ ਜ਼ਿੰਦਗੀ ਜੀਣਾ ਚਾਹੁੰਦੇ ਹੋ ਤਾਂ ਇਸੇ ਗਾਣੇ ਨੂੰ ਆਪਣੀ ਜ਼ਿੰਦਗੀ ਦਾ ਮੋਟਿਵ ਬਣਾ ਲਓ ਇਸ ਗਾਣੇ ਨੂੰ ਇਹੀ ਬਣਾਉਣ ਦਾ ਮਤਲਬ ਆ ਕਿ ਇਸ ਗਾਣੇ ਦੇ ਸੁਣਨ ਨਾਲ ਚਾਰ ਬੰਦਿਆਂ ਦੇ ਜਿਹੜਾ ਖਾਨੇ ਦਿਮਾਗ ਦੇ ਵਿੱਚ ਵਧੀਆ ਜਗ੍ਹਾ ਪਵੇ ਵਧੀਆ ਚੀਜ਼ ਪਵੇ ਅਤੇ ਉਹ ਧੋਖਾ ਧੜੀ ਤੋਂ ਦੂਰ ਜਾਣ ਅਤੇ ਇੱਕੋ ਹੀ ਜਿਹੜੀ ਹੈਗੀ ਹੈ ਜ਼ਿੰਦਗੀ ਨੂੰ ਵਧੀਆ ਤਰ੍ਹਾਂ ਰੱਖਣ ਅਤੇ ਇਸ ਕਰਕੇ ਇਸ ਗਾਣੇ ਨੂੰ ਇਹੀ ਬਣਾਉਣ ਦਾ ਮਤਲਬ ਆ ਇੱਕੋ ਕੁੜੀ ਨਾਲ ਪਿਆਰ ਕਰੋ ਆਪਣੇ ਮਾਂ ਪਿਓ ਨੂੰ ਪਿਆਰ ਕਰੋ ਰੱਬ ਦਾ ਸ਼ੁਕਰ ਕਰੋ ਜਿੱਥੇ ਤੁਸੀਂ ਹੈਗੇ ਹੋ ਕਿਉਂਕਿ ਜਿੰਨਾ ਤੁਹਾਡੇ ਕੋਲ ਉਨਾ ਕਿਸੇ ਕੋਲ ਨਹੀਂ ਵੀ ਹੋ ਸਕਦਾ ਜੇ ਤੁਹਾਡੇ ਕੋਲ ਗੱਡੀ ਹੈ ਕਿਸੇ ਕੋਲ ਮੋਟਰਸਾਈਕਲ ਵੀ ਨਹੀਂ ਹੋਣਾ ਸਾਈਕਲ ਵੀ ਨਹੀਂ ਹੋਣਾ ਅਤੇ ਇਸ ਕਰਕੇ ਭਾਈ ਦਾ ਇਹੀ ਬਣਾਉਣ ਦਾ ਮਤਲਬ ਆ ਜਿੰਨਾ ਇਹ ਤਾਂ ਰੱਬ ਨੇ ਥੈਂਕ ਯੂ ਗੋਡ ਧੰਨਵਾਦ ਜੀ।